ਕੰਮ ਵਧੀਆ ਚੱਲੀ ਜਾਂਦਾ ਟਰੱਕਾਂ ਵਾਲਾ ਜਮਾ ਅੱਛਾ ਤੇ ਨਿਆਰੀ ਹੈ ਜਮਾ ਹੁਣ ਤਾਂ ਟਰੱਕਾਂ ਤੇ ਹੁੰਦਾ ਹੁਣ ਤਾਂ ਤੂੰ ਹਾਂ ਬਸ ਹੁਣ ਤਾਂ ਮੈਂ ਡਰਾਈਵਰ ਰੱਖ ਲਏ ਅੱਛਾ ਮੱਖਣ ਹੋਰ ਜਾ ਗਿਆ ਉਹ ਮੱਖਣ ਦਾ ਯਾਰ ਭੱਜ ਗਿਆ ਅੱਛਾ ਕੀ ਹਾਂ ਬਸ ਤਾਂ ਪਤੀ ਜਮਾ ਹਾਂ ਉਹਦਾ ਭੱਜ ਗਿਆ ਤੇ ਬੰਦੇ ਹੁਣ ਹੋਰ ਰੱਖ ਲਏ ਮੈਂ ਤੇ ਮੈਂ ਹੁਣ ਠੇਕੇ ਹੀ ਲੈਣ ਲੱਗ ਗਿਆ ਅੱਛਾ ਹੋਰ ਤੇ ਉਹਦਾ ਖਾਸ ਤੂੰ ਕਰਦਾ ਕਿ ਫਿਰ ਹਿਸਾਬ ਸੂਬ ਤਾਂ ਕਰਾ ਕੇ ਲੈ ਗਿਆ ਸਾਰਾ ਕੁਝ ਜਮਾ ਉਹ ਪਿੰਡ ਵਾ ਕੇ ਫਿਰ ਉਹ ਹਾਂ ਹਾਂ ਅੱਛਾ ਕਹਿੰਦਾ ਵੀ ਮੈਨੂੰ ਨੇੜੇ ਕੰਮ ਮਿਲ ਗਿਆ ਕਹਿੰਦਾ ਇੱਥੇ ਰਹਿਣਾ ਔਖਾ ਕਹਿੰਦਾ ਖਾਰਾ ਡਰਾ ਲੈ ਜੀ ਇੱਕ ਬਾਰ ਨੇ ਕਿਹਾ ਇੱਕ ਬਾਰ ਨੇ ਆ ਦੋ ਟੈਂਪਰ ਇੱਥੇ ਲਿਆ ਨੇ ਦੇਸ਼ ਵੀ ਚੱਲੀ ਜਾਊਗੀ ਹੁਣ ਤੇ ਫਿਰ ਤੈਨੂੰ ਪਤਾ ਥੋੜ੍ਹੀ ਰਹਿ ਗਈ ਮਿੰਟ ਚੱਕਾਂ ਦਾ ਕੰਮ ਹੁਣ ਵੱਡੇ ਚੱਲਿਆ ਕੋਲ ਕੰਮ ਵਧੀਆ ਚੱਲੀ ਜਾਂਦਾ ਸੜਕਾਂ ਸੁੜਕਾਂ ਚੱਲੀ ਜਾਂਦਾ ਹਾਂ 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 ਬੰਦਾ ਕਰਨ ਵਾਲਾ ਹੋਵੇ ਵਧੀਆ ਆਪੇ ਨਾਲ ਇੱਧਰ ਕਹਿੰਦੇ ਸੀ ਜਾਣ ਕੇ ਉਹ ਵੀ ਬਰੇਤੀ ਵਾਲਾ ਟਰੱਕ ਚਾਹੀਦਾ ਹੈ ਟਰੱਕ ਲਿਆਓ ਮੈਨੂੰ ਤਾਂ ਕਰੀ ਜਾਂਦੇ ਆ ਉਹ ਕਹਿੰਦੇ ਵੀ ਅਸੀਂ ਘੱਟ ਖਰਚਾ ਪਾਣੀ ਦੇ ਦਿਆ ਕਰਾਂਗੇ ਵੀ ਸਾਨੂੰ ਸਮੈਂਟ ਸਮੁੰਟ ਇਕੱਠੇ ਗੁੱਸਰ ਲਿਆਉਣੇ ਤੇ ਬਰੇਤੀ ਮੰਗਾਉਣੇ ਸੌਖੇ ਦੇ ਕਰੂ ਆਹ ਫਿਰ ਉਹਨਾਂ ਨਾਲ ਪੱਕੀ ਗੱਲ ਕਰ ਲਈ ਨਾ ਕੀ ਆ ਮੰਗਾਉਣ ਲਾ ਕੇ ਯਾਰ ਵੀ ਖਾਣਾ ਘੱਟ ਕਰਾਇਆ ਲੈ ਬਸ ਉਹ ਕਹਿੰਦੇ ਵੀ ਡਰ ਡਰ ਲਾ ਤੇ ਮੈਂ ਭਈ ਤਾਂ ਕਰ ਲੈਣੇ ਗੱਲ ਤੇਰਾ ਹਾਂ ਵਧੀਆ ਹੁੰਦਾ ਜਾਵਣਾ ਕਿ ਮੈਂ ਆ ਵਧੀਆ ਵਧੀਆ ਠੀਕ ਆ ਹਾਂ ਵਧੀਆ 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 ਤੇ ਹੋਰ ਫਿਰ ਕੰਮ ਕਿਤੇ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਤੂੰ ਪਹਿਲਾਂ ਦੱਸ ਚਾਹ ਪਾਣੀ ਦੱਸ ਪਹਿਲਾਂ ਚਾਹ ਪਾਣੀ ਦਾ ਬਸ ਪੀ ਕੇ ਆਇਆ ਮੈਂ ਚਾਹ ਪੀ ਕੇ ਆਇਆ ਸੀ ਮੈਂ ਤੇ ਚਾਹ ਪੀ ਕੇ ਚਾਹ ਬਣਾ ਲੈਂਦੇ ਚਾਹ ਦਾ ਕੀ ਹੈ ਨਾ ਨਾ ਚਾਹ ਪੀ ਕੇ ਆਉਂਦੀ ਪੀ ਕੇ ਆਇਆ ਜਾਂ ਤਾਂ ਮੈਂ ਤੇ ਉਹ ਆਇਆ ਕੰਮ ਕਿੱਥੇ ਚੱਲੀ ਜਾਂਦਾ ਆਪਣਾ ਕੰਮ ਤਾਂ ਇੱਥੇ ਆਪਣੇ ਮਿਲ ਜਾਂ ਇੱਥੇ ਸੜਕ ਇੱਥੇ ਸੜਕ ਨਹੀਂ ਆਪਣੇ ਖੇਤਾਂ ਕੋਲੇ ਤੇਰੇ ਖੇਤਾਂ ਕੋਲ ਹੀ ਹਾਂ ਤੇ ਉਹ ਮੈਂ ਤਾਂ ਆਇਆ ਸੀ ਮੈਂ ਚਾਰ ਕਿੱਲੇ ਜਿਹੜਾ ਬਾਹਨੇ ਆਪਣਾ ਇੱਧਰ ਬਹਿਮਲਾ ਸੜਕ ਤੇ ਹਾਂ ਹਾਂ ਉੱਥੇ ਉੱਚਾ ਕਿੱਲਾ ਪੈਂਦਾ ਸੀ ਕਿਸੇ ਦਾ ਅੱਛਾ ਤੇ ਜਿਹੜਾ ਆਪਣਾ ਇੱਧਰ ਕਿੱਲਾ ਸੀਗਾ ਉਹ ਕਿੱਲਾ ਦੇ ਕੇ ਤਬਾਦਲਾ ਕਰਕੇ ਆਪਾਂ ਇੱਧਰ ਬਾਹਨ ਲਿਆਇਆ ਇਕੱਠਾ ਹੋ ਗਿਆ ਪੰਜ ਕਿੱਲੇ ਇੱਧਰ ਨਹੀਂ ਇੱਧਰ ਜਾਣਾ ਪੈਂਦਾ ਸੀ ਕਿੱਲੇ ਵਾਸਤੇ ਇੱਧਰਲਾ ਟਾਈਮ ਉਹਨੂੰ ਦਿੱਤਾ ਫਿਰ ਹਾਂ ਹਾਂ ਉਹਨਾਂ ਨੂੰ ਦੇਤਾ ਤਬਾਦਲਾ ਕਰ ਲਿਆ ਉਹਨਾਂ ਨਾਲ ਉਹ ਤਾਂ ਵਧੀਆ ਹੋਇਆ ਗਿਆ ਯਾਰ ਇਕੱਠਾ ਹੋ ਗਿਆ ਬਾਹਨ ਸਾਰਾ ਨਹੀਂ ਤੈਨੂੰ ਕਿੱਲੇ ਪਿੱਛੇ ਜਾਣਾ ਪੈਂਦਾ ਜਾਣਾ ਪੈਂਦਾ ਅੱਛਾ ਉਹ ਤਾਂ ਤੇਰਾ ਉੱਥੇ ਚਾਰ ਕਿੱਲੇ ਪਹਿਲਾਂ ਸੀ ਆਪਣੀ ਲਾਈਨ ਇਹਨਾਂ ਦਾ ਪੰਜ ਕਿੱਲੇ ਬਣ ਗਿਆ ਵਧੀਆ ਟੱਕ ਬਣ ਗਈ ਤੇਰਾ ਹਾਂ ਵਧੀਆ ਹੋਇਆ ਅੱਛਾ ਉਹ ਬਾਹਨ ਥੋੜਾ ਉੱਚਾ ਹੈਗਾ ਅੱਛਾ ਉਹ ਮਿੱਟੀ ਚੱਕਣੀ ਉਹ ਤੋਂ ਮਤਲਬ ਵੀ ਮੈਂ ਤਾਂ ਆਇਆ ਸੀ ਮੈਂ ਪੁੱਛਿਆ ਜੀ ਬਾਈ ਨੂੰ ਮਿੱਟੀ ਤਾਂ ਚੱਕਣਾ ਹੀ ਮਿੱਟੀ ਚੱਕਣ ਦੀ ਆਪਾਂ ਮਿੱਟੀ ਹੈ ਅਸਲ ਤਾਂ ਹੁਣ ਰੁੱਤ ਮਿੱਟੀ ਚੱਕਣੀ ਹੋਣੀ ਹੈ ਹਾਂ ਕਣਕ ਕਣਕ ਬੀਜ ਕੇ ਸਾਰੇ ਵਿਹਲੇ ਹੋ ਗਏ ਹਨਾ ਹਾਂ ਮੈਂ ਵੀ ਬੀਜ ਕੇ ਕਣਕ ਮਹਾਂ ਚੱਲ ਹੁਣ ਚਕਾਈ ਦੇ ਕੇ ਫਿਰ ਹੀ ਉਹ ਕਰਾਂਗੇ ਚੱਲ ਵਧੀਆ ਉੱਚਾਈ ਥੋੜਾ ਜਿਹਾ ਮਹਾਂ ਚੱਲ ਇਕੱਠਾ ਹੋ ਜੂਗਾ ਇੱਕ ਬੜਾ ਬਣ ਜੂ ਸਾਰਾ ਠੀਕ ਆ ਵਧੀਆ 400 ਬਾਣ ਬਣ ਗਿਆ 400 ਬਾਣ ਬਣ ਜੂਗਾ ਉਹ ਤਾਂ ਵਧੀਆ ਕਰਿਆ ਤਾਂ ਨਹੀਂ ਅਗਲਾ ਮਾੜੇ ਮਾੜੇ ਪਿੱਛੇ ਮੂੰਹ ਹੀ ਹਾਂ ਇੱਧਰ ਫਿਰ ਵੀ ਔਖਾ ਸੀਗਾ ਹੁਣ ਕੱਲਾ ਪਹਿਲਾਂ ਇੱਧਰ ਭਜਦਾ ਫਿਰ ਇੱਧਰ ਦਾ ਭਜਦਾ ਮੈਂ ਕਿੱਲੇ ਵਾਸਤੇ ਮਹਾਂ ਚੱਲ ਤਬਾਦਲਾ ਕਰ ਲੈਂਦੇ ਆ ਉਹ ਤਾਂ ਵਧੀਆ ਉਹਨਾਂ ਨੂੰ ਫਿਰ ਵਹੀ ਉਹੀ ਕਿੱਲਾ ਸੀ ਜਿਹੜਾ ਚੱਕ ਚਲਾਣਾ ਬਾਹਰ ਆਉਣਾ ਪੈਂਦਾ ਸੀਗਾ ਹਾਂ ਹਾਂ ਚੱਲ ਵਧੀਆ ਉਹ ਤਾਂ ਵਧੀਆ ਹੋ ਗਿਆ ਨਹੀਂ ਅਗਲਾ ਮਾੜੇ ਪਿੱਛੇ ਆਉਂਦਾ ਯਾਰ ਮੈਂ ਤਾਂ ਦਿੰਦਾ ਨਹੀਂ ਯਾਰ ਐਂ ਕਰ ਹਰਾਨਾ ਕਰ ਦੋ ਬਾਹਲੇ ਪਿੰਡ ਦੀ ਲਾ ਕੇ ਤੇ ਨਾਲੇ ਆਪ ਹੀ ਹੈਰਾਨ ਹੋਈ ਜਾਂਦੇ ਉਹ ਵੀ ਤਾਂ ਹੀ ਲੈ ਗਏ ਉਹਨਾਂ ਨਾਲ ਲੱਗਦਾ ਸੀ ਭੈਣਾ ਉਹਨਾਂ ਦਾ ਇੱਕ ਪਟਾ ਹੋ ਗਿਆ ਆਪਣਾ ਇੱਕ ਪਟਾ ਹੋ ਗਿਆ ਬਸ ਉਹ ਤਾਂ ਵਧੀਆ ਚੱਲ ਉਹ ਮੈਂ ਤਾਂ ਅੱਜ ਮੈਂ ਚੱਲ ਪੁੱਛਿਆ ਜੀ ਬਾਈ ਨੂੰ ਫਿਰ ਟਾਈਮ ਕਦੋਂ ਕੁ ਲੱਗੂਗਾ ਟਾਈਮ ਤਾਂ ਯਾਰ ਅੱਜ ਉਹਨਾਂ ਦੇ ਥੋੜਾ ਜਿਹਾ ਰਹਿ ਗਿਆ 2 ਘੰਟੇ ਦਾ ਕੰਮ ਰਹਿ ਗਿਆ ਸੀ ਉਹਨਾਂ ਦੇ ਨਾ ਅੱਜ 2-2.5 ਘੰਟੇ ਲੱਗਣਗੇ ਹਾਂ ਤੇ ਉਦੋਂ ਬਾਅਦ ਉਹਨੂੰ ਜਾਣਾ ਤਾਂ ਸੀਗਾ ਤਲਵੰਡੀ ਹਾਂ ਤੇ ਚੱਲ ਹੁਣ ਤੂੰ ਜਦੋਂ ਪਿੰਡ ਦੇ ਹੀ ਆ ਗਿਆ ਤੇ ਰੈਪ ਵੀ ਕਰਨਾ ਪਊਗਾ ਪਹਿਲਾਂ ਤੇਰਾ ਚੱਕ ਕੇ ਜਾਵਾਂਗੇ ਇਹਨੂੰ ਅਸੀਂ ਫੋਨ ਮਾਰ ਦਾਂਗੇ ਯਾਰ ਮੰਨ ਕੇ ਚੱਲ ਵੀ 12-1 ਵਜੇ ਤੂੰ ਆ ਜੀ ਫਿਰ ਹਾਂ ਮੈਨੂੰ ਕਰ ਦਿਓ ਲਾਜ਼ਮੀ ਹੁਣ ਫਿਰ ਮੈਂ ਕਦੀ ਹੂੰ ਮੈਂ ਆ ਜੂੰ ਉਧਰ ਕੋਈ ਕੋਈ ਤੇਰੇ ਫੋਨ ਮਾਰ ਦਾਂਗੇ ਕਰ ਦਾਂਗੇ ਤੇ ਚੱਲ ਬਸ ਆ ਰਹੀ ਹਾਂ ਤੇ ਬਸ ਉਹ ਆ ਬਸ ਚੱਕ ਕੇ ਫਿਰ ਮੈਂ ਨਿਬੜ ਜੂ ਮੈਂ ਇੱਕ ਪਟਾ ਨਾ ਨਾ ਕੋਈ ਨਹੀਂ ਆਪਾਂ ਆ ਹੀ ਕਰ ਚੱਕ ਕੇ ਕਰਾਂਗੇ ਚੱਲ ਚੰਗਾ ਬਈ ਠੀਕ ਹੈ ਚੱਲ ਠੀਕ ਹੈ ਫੋਨ ਮਾਰ ਦੇ ਮੈਨੂੰ ਲਾਜ਼ਮੀ ਜੀ ਕਰ ਕੋਈ ਨਹੀਂ ਚੱਲ ਵਧੀਆ ਤਲਵੰਡੀ ਜਾਣਾ ਸੌਣ ਜਾਣਾ ਵਾਲਾ ਔਖਾ ਖਰਚਾ ਖੁਰਚਾ ਵਧ ਜਾਂਦਾ ਆਪਣਾ ਘਰ ਦੀ ਬੰਦਾ ਆਪੇ ਖਰਚਾ ਪਾਣੀ ਕਰ ਲਾਂਗੇ ਹਿਸਾਬ ਨਾਲ ਇਹਨਾਂ ਦਾ ਹਨਾ ਪਿੰਡ ਦਾ ਤਾਂ ਕੋਈ ਨੀ ਨਾਲੇ ਆਪਣੇ ਘਰੇ ਕੋਈ ਖਰਚਾ ਪਾਣੀ ਵੀ ਨੀ ਹੈ ਚੱਲ ਆਪਾਂ ਨੂੰ 2-3 ਹਜ਼ਾਰ ਗੱਡੀ ਛੱਡੀ ਗਈ ਹਾਂ 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 ਇੱਕ ਦਿਨ ਮਗਰ ਤਾਂ ਆਪਾਂ ਨੂੰ ਵਾਧੂ ਹੈ ਬਹੁਤ ਆ ਬਹੁਤ ਆ ਕੋਈ ਬਸ ਚੱਲ ਠੀਕ ਆ ਫਿਰ ਮੈਂ ਗੇੜਾ ਗੂੜਾ ਮਾਰਾਂ ਉਹਨਾਂ ਕੋਲ ਵੀ ਕਿੰਨਾ ਰਹਿ ਗਿਆ ਤੇ ਫਿਰ ਉਹਨਾਂ ਕੋਲ ਚੱਲਾਂਗੇ ਦੇਖ ਲਿਆ ਫਿਰ ਨਾਲੇ ਫਿਰ ਫੋਨ ਕਰ ਦਿੰਦੇ ਨਾ ਹੋਰ ਵਧੀਆ ਓਕੇ ਜਾਵਾਂਗੇ ਚੱਕੀ ਗਿਆ ਦੇਖ ਕੇ
ਟਰੱਕ ਆਪਣੇ ਮਿੱਟੀ ਲਾਉਣ ਗਏ ਆ ਚੱਲ ਵਧੀਆ ਅੱਲਾ ਚੱਲ ਠੀਕ ਹੈ ਫਿਰ ਠੀਕ ਹੈ ਕਰੋ ਕੰਮ ਮਾਰੇ ਸੜਕਾਂ ਤੇ ਉੱਡਦੇ ਫਿਰਦੇ ਆ ਨੀ ਇੱਕ ਤੇਰੀ ਯਾਦ ਸਹਾਰੇ ਸੜਕਾਂ ਤੇ ਉੱਡਦੇ ਫਿਰਦੇ ਆ ਨੀ ਇੱਕ ਤੇਰੀ ਯਾਦ ਸਹਾਰੇ ਚੰਗੀ ਸੀ ਜ਼ਮੀਨ ਪਿੱਛੇ ਸੀ ਸੁਖਾਲਾ ਜੱਟ ਨੂੰ ਡਰਾਈਵਰੀ ਦਾ ਸ਼ੌਕ ਸੀਗਾ ਵਾਲ ਲੈ ਲਿਆ ਟਰਾਲਾ ਛੱਤੀ ਟਾਇਰਾਂ ਨੂੰ ਸੜਕਾਂ ਤੇ ਨਾਗ ਵਾਂਗੂ ਮੇਲਦਾ ਲੈ ਲਿਆ ਟਰਾਲਾ ਛੱਤੀ ਟਾਇਰਾਂ ਨੂੰ ਸੜਕਾਂ ਤੇ ਨਾਗ ਵਾਂਗੂ
ਹਾਂ ਦੋ ਦਿਨ ਲੱਗਣਗੇ ਉਹਦਾ ਹੁਣ ਲੱਗਣਗੇ ਯਾਰ ਤੇਰੇ ਨਾਲ ਅਮਰੀਕਾ ਵਾਲਾ ਨੀ ਹੱਸ ਕੇ ਨਾ ਕਹਿ ਦੀ ਕਿਤੇ ਦੋ ਨੰਬਰੀ ਨੀ ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨੀ ਵੀ ਲੱਗੀ ਜਾਂਦਾ ਠੰਡ ਵੀ ਬਹੁਤ ਆ ਯਾਰ ਜੇ ਠੰਡ ਪਊਗੀ ਫੇਰ ਹੀ ਕਣਕ ਹੋਊਗੀ ਇਹ ਕਿਹੜਾ ਹੀ ਹੋ ਜੂਗੀ ਕਣਕ ਚੱਲ ਠੰਡ ਤਾਂ ਜਿੰਨੀ ਵੱਧ ਹੋਊਗੀ ਉਨੀ ਠੀਕ ਆ ਇਹ ਵੀ ਆ ਗਿਆ ਕੀ ਹਾਲ ਚੱਲਦਾ ਰਾ ਵਧੀਆ ਵਧੀਆ ਤੂੰ ਦੱਸ ਵਧੀਆ ਵਧੀਆ ਮੈਂ ਕਿਹਾ ਜਾ ਆਈਏ ਇੰਨੇ ਦਿਨ ਹੋ ਗਏ ਗਏ ਨੀ ਤੇਰੇ ਕੋਲੇ ਹੋਰ ਮੇਰਾ ਵੀ ਨੀ ਟਾਈਮ ਲੱਗਿਆ ਯਾਰ ਤੂੰ ਖੇਤ ਹੀ ਰਹਿਣ ਲੱਗ ਗਿਆ ਹੁਣ ਹੈ ਹੋਰ ਮੈਂ ਖੇਤ ਸੰਭਾਲਣ ਲੱਗ ਗਿਆ ਫਿਰ ਸ਼ੋਹਰੇ ਤੈਨੂੰ ਪਤਾ ਬਾਹਰ ਟੱਪ ਗਿਆ ਅੱਛਾ ਹੋਰ ਹੋਰ ਵਧੀਆ ਕਿੱਥੇ ਚੱਲੇ ਟਰੱਕ ਆਪਣੇ ਚੱਲੀ ਜਾਂਦਾ ਆਪਣੇ ਖੇਤ ਵਾਲੇ ਗਵਾਂਢੀਆਂ ਚੱਲੀ ਜਾਂਦਾ ਉੱਥੇ ਯਾਰ ਅੱਛਾ ਕਿ ਹਾਂ ਮੈਂ ਕਿਹਾ ਚੱਲ ਤੇਰੇ ਕੋਲ ਗੇੜਾ ਗੂੜਾ ਮਾਰ ਆਈਏ ਹਾਂ ਹਾਂ ਮੈਂ ਵੀ ਇੱਧਰ ਗੇੜਾ ਮਾਰਨ ਆਇਆ ਸੀਗਾ ਅੱਛਾ ਅਤੇ ਹੋਰ ਉਹ ਵਧੀਆ ਅਤੇ ਕਣਕ ਕੁਣਕ ਕਿਵੇਂ ਆ ਕਣਕ ਪਾਣੀ ਲੱਗੀ ਜਾਂਦਾ ਚੱਲ ਵਧੀਆ 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 ਮੈਂ ਇਹੀ ਗੱਲਾਂ ਕਰੀ ਜਾਂਦਾ ਸੀਗਾ ਮੈਂ ਜੇ ਮੈਂ ਠੰਡ ਰਹੂਗੀ ਫਿਰ ਹੀ ਕਣਕ ਹੋਊਗੀ ਮੈਨੂੰ ਪੁੱਛ ਕੇ ਜਾਵੇਗਾ ਮੈਨੂੰ ਦੱਸਣਾ ਸੀ ਵੀ ਭਾਈ ਮੈਂ ਟਰੱਕ ਹੋਰ ਬੰਦੇ ਨੂੰ ਦਿੰਦਾ ਗਾ ਐ ਨੀ ਕਹੀ ਦਿੰਦਾ ਪੁੱਛਿਆ ਕਰਾ ਬੰਦੇ ਨੂੰ ਹੋਰ ਫੜਾਵਾ ਟਰੱਕ ਚੱਲ ਕਿਵੇਂ ਆਇਆ ਸੀਗਾ ਬਈ ਲੋੜ ਸੀ ਯਾਰ ਪੈਸੇ ਦੀ ਮੈਂ ਪਿੰਡ ਜਾਣਾ ਸੀ ਲੋਹੜੀ ਆਉਣ ਵਾਲੀ ਹੈ ਬਈ ਰੁਪਈਏ ਤਾਂ ਹੁਣ ਹੈ ਨਹੀਂ ਗਏ ਕੇਵਲ ਰੁਪਈਏ ਪਹਿਲਾਂ ਵਾਲੇ ਵਾਸ ਚੱਲੀ ਜਾਂਦੇ ਆ ਅਤੇ ਲੋਹੜੀ ਵਾਲੇ ਰੁਪਈਏ ਮਿਲਣੇ ਸਾਰਾ ਇਕੱਠਾ ਹਿਸਾਬ ਕਰਕੇ ਦੂੰਗਾ ਤੁਹਾਨੂੰ ਰੁਪਈਆ ਮੈਂ ਹੁਣ ਤਾਂ ਰੁਪਈਏ ਨਹੀਂ ਮਿਲਣੇ ਨਾ ਨਾ ਕਰ ਯਾਰ ਬਈ ਯਾਰ ਕੁਛ ਨਾ ਕੁਛ ਤਾਂ ਦੇ ਦੇ ਨਾ ਯਾਰ ਉੱਨੀ ਰੁਪਈਏ ਮਿਲਦੇ ਨਾਲੇ ਚੱਲ ਯਾਰ ਕੋਈ ਨਾ ਦੇ ਦੇ ਮਾੜੇ ਮੋਟੇ ਦਾ ਉਹ ਨਹੀਂ ਯਾਰ ਨਹੀਂ ਚੱਲਦਾ ਰਾ ਯਾਰ ਉਹਨੂੰ ਆਖੀਏ ਨਾ ਜਦੋਂ ਮੈਂ ਵੱਧ ਰੁਪਈਏ ਥੱਲੇ ਪੈ ਦੇ ਨਹੀਂ ਪਹਿਲੀ ਇਹਦਾ ਕੀ ਦੇਖੋ ਦੋ ਹਟ ਕੇ ਵਗ ਜੇ ਇਹ ਵੀ ਤਰੀਕਾ ਠੀਕ ਆ ਚੱਲ ਠੀਕ ਹੈ ਫਿਰ ਮੈਂ ਜਾਣਾ ਹਾਂ ਹਾਂ ਤੇ ਹੁਣ ਜਾ ਕੇ ਟਰੱਕ ਤੇ ਵਗ ਜੀ ਨਾਲੇ ਬਾਈ ਚੰਗਾ ਵਗ ਜੂ ਕੋਈ ਨਹੀਂ ਨਾਲੇ ਪਹਿਲਾਂ ਦੇਖੀ ਟਰੱਕ ਨਾਲੇ ਕਿਤੇ ਲੈ ਗਿਆ ਉਹ ਸਮਾਨ ਕੱਢ ਕੇ ਕੋਈ ਨਹੀਂ ਨਹੀਂ ਕੋਈ ਸਮਾਨ ਸੁਣ ਕਾਪੀ ਕੁਪੀਆਂ ਦੇਖ ਲਈ ਸਾਰੀਆਂ ਜਾ ਕੇ ਮਾਂ ਜੀ ਕੰਮ ਲੋਟ ਹੁੰਦਾ ਯਾਰ ਦੇ ਨਹੀਂ ਕਰੀ ਜਾਂਦੇ ਇਹਨੂੰ ਕਦੇ ਤਾਂ ਸੰਭਾਲੇ ਸਭ ਜਾਂਦੇ ਨੋਟ ਨਾ ਕਦੇ ਕੱਖ ਹੌਲੇ ਨਾ ਕਮਾਈਆਂ ਰਹਿੰਦੀਆਂ ਸਾਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਆਪਣੇ ਗੱਡੀਆਂ ਕੋਲ ਮੈਂ ਕੰਮ ਆਇਆ ਸੀ ਕੋਲ ਯਾਰ ਮੈਂ ਕਿਹਾ ਗੱਲ ਦੱਸਣੀ ਸੀ ਅੱਛਾ ਹਾਂ ਮੈਂ ਕੱਲ੍ਹ ਤੇਰਾ ਸ਼ੋਰ ਮੇਰੇ ਕੋਲ ਆਇਆ ਖੇਤ ਅਤੇ ਜਦੋਂ ਉਹ ਆਇਆ ਅੱਛਾ ਅਤੇ ਉੱਧਰੋਂ ਅਸੀਂ ਗੱਲਾਂ ਕਰੀ ਜਾਂਦੇ ਸੀਗੇ ਅੱਛਾ ਡਰਾਈਵਰ ਆ ਗਿਆ ਅੱਛਾ ਅੱਛਾ ਤੇਰੇ ਕੋਲ ਆਈ ਹੋਊਗਾ ਪਹਿਲਾਂ ਘਰੇ ਉਹ ਹਾਂ 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 ਅਤੇ ਉਹ ਕਹਿੰਦਾ ਮੈਨੂੰ ਰੁਪਈਏ ਚਾਹੀਦੇ ਆ ਕਹਿੰਦਾ ਮੈਂ ਪਿੰਡ ਜਾਣਾ ਚੱਲ ਆ ਰੁਪਈਏ ਦਾ ਹੁਣ ਆਪਾਂ ਐਡਵਾਂਸ ਵੀ ਦੇ ਕੇ ਰੱਖਦੇ ਉਹਨਾਂ ਨੂੰ ਚੱਲ ਉਹ ਤਾਂ ਬੱਚਿਆਂ ਦੇ ਘਰੇ ਫਿਰ ਹਾਂ ਹਾਂ ਸਰਦਾਰੀ ਦਾ ਅਗਲਾ ਮੰਗਦਾ ਹੀ ਰੁਪਈਏ ਦਾ ਤੇ ਉਹ ਫਿਰ ਰੁਪਈਏ ਮੰਗਣਾ ਆਇਆ ਕਹਿੰਦਾ ਮੈਂ ਜਾਣਾ ਵੀ ਪਿੰਡ ਜਾਣਾ ਘਰੇ ਜਾਣਾ ਅੱਛਾ ਤੇ ਤੇਰੇ ਸ਼ੋਰ ਨੇ ਰੁਪਈਏ ਦਿੱਤੇ ਨਹੀਂ ਉਹਨੂੰ ਦਿੱਤੇ ਨਹੀਂ ਰੁਪਈਏ ਹਾਂ ਦਿੱਤੇ ਨਹੀਂ ਅੱਛਾ ਅਤੇ ਮੈਂ ਤੁਹਾਨੂੰ ਇਹ ਦੱਸਦਾ ਸੀਗਾ ਮੈਂ ਵੀ ਆਖਿਆ ਯਾਰ ਮੱਖਣ ਭੱਜਣ ਵਾਲਾ ਬੰਦਾ ਹੈ ਨਹੀਂ ਸੀਗਾ ਉਹ ਹਾਂ ਹਾਂ ਮੱਖਣ ਡਰਾਈਵਰ ਪਹਿਲਾਂ ਵਾਲਾ ਹਾਂ ਆ ਬੰਦਾ ਆਪਣਾ ਕਹਿੰਦਾ ਨਾ ਵੀ ਭੱਜ ਗਿਆ ਉਹ ਹਾਂ ਵੀ ਰੁਪਈਏ ਲੈ ਕੇ ਭੱਜ ਗਿਆ ਕਿੱਥੇ ਭੱਜਿਆ ਉਹ ਦੁੱਲੇ ਇਹਨੇ ਨਾ ਯਾਰ ਮੈਨੂੰ ਮੱਖਣ ਭੱਜਣ ਵਾਲਾ ਬੰਦਾ ਲੱਗਦਾ ਨਹੀਂ ਮੈਨੂੰ ਆਪ ਆ ਕੇ ਗਿਆ ਸੀ ਮੈਨੂੰ ਕੰਮ ਆ ਯਾਰ ਮੈਂ ਜਾਣਾ ਮੈਨੂੰ ਕਹਿ ਕੇ ਗਿਆ ਸੀ ਉਹ ਅਤੇ ਮੈਂ ਤੈਨੂੰ ਦੱਸਦਾ ਆਪਣੇ ਵਾਲੇ ਦੇ ਮਨ 'ਚ ਵੀ ਹੈ ਨਹੀਂ ਉਹਦੇ ਉਹਨੇ ਊਂ ਆਖਦਾ ਹੋਣਾ ਚੱਲ ਕੋਈ ਮੈਂ ਕਰਦਾ ਉਹਨੂੰ ਸਮਝਾ ਦੂੰ ਮੈਂ ਤਾਂ ਵੀ ਐਂ ਡਰਾਈਵਰਾਂ ਨਾਲ ਹੀ ਚੱਲਦਾ ਮੈਂ ਕੰਮ ਕੰਮ ਦਾ ਡਰਾਈਵਰ ਜੇ ਆਪ ਹੀ ਐਂ ਕਰਨ ਲੱਗ ਗਏ ਫਿਰ ਉਹ ਵੀ ਕੀ ਕਰਨਗੇ ਫਿਰ ਉਹ ਤਾਂ ਠੀਕ ਹੈ ਕੰਮ ਦਾ ਡਰਾਈਵਰਾਂ ਨਾਲ ਹੀ ਚੱਲਦਾ ਅਤੇ ਮੈਂ ਉਹਨੂੰ ਸਮਝਾਊਂਗਾ ਵਧੀਆ ਅਤੇ ਆਉਣਗੇ ਉਹਨੂੰ ਘਰੇ ਚੱਲ ਸਮਝਾ ਦੀ ਫਿਰ ਮੈਂ ਜਾਂਦਾ ਯਾਰ ਹਾਂ ਹਾਂ ਕੋਈ ਨਹੀਂ ਉਹਨੂੰ ਕਹਿ ਦੇ ਨਾਲੇ ਲੈ ਦੂਗਾ ਪੈਸੇ ਮੈਂ ਦੇ ਦੂੰਗਾ ਕੋਈ ਗੱਲ ਨਹੀਂ ਚੰਗਾ ਚੰਗਾ
ਚੱਲ ਮਾੜੀ ਕਰੀ ਉਹਨੇ ਯਾਰ, ਡਰਾਈਵਰ ਨੂੰ ਤਾਂ ਪੈਸੇ ਦੇਣ ਦਾ ਹੱਕ ਹੀ ਹੁੰਦਾ।